ਮੈਂ ਆਪਣੇ ਇਲਾਕੇ ਦੇ ਵਿੱਚੋਂ ਬੱਚਿਆਂ ਨੂੰ ਅਮਲੀ ਨਹੀਂ ਬਣਨਾ ਦੇਣਾ ਚਾਹੁੰਦਾ। ਮੈਂ ਚਾਹੁੰਦਾ ਵੀ ਜਿੰਨੇ ਬੱਚੇ ਮੈਂ ਮੋਬਾਈਲ ਤੋਂ ਜਾਂ ਨਸ਼ੇ ਤੋਂ ਬਚਾ ਸਕਾਂ, ਬਚਾ ਕੇ ਮੈਂ ਗਰਾਊਂਡ ਨਾਲ ਜੋੜਨਾ। ਮੇਰਾ ਨਾਂ ਰਜਿੰਦਰ ਸਿੰਘ ਛੀਨਾ, ਉਮਰ ਮੇਰੀ 60 ਸਾਲ ਆ। ਮੈਂ ਐਥਲੈਟਿਕ ਕੋਚ ਵੀ ਹਾਂ, ਇੰਟਰਨੈਸ਼ਨਲ ਐਥਲੀਟ ਰਿਹਾ। ਹੁਣ ਮੈਂ ਐਥਲੈਟਿਕ ਕੋਚ ਹਾਂ। ਇੱਥੇ ਮੇਰੇ ਕੋਲ ਕੋਈ 70 ਕੁ ਬੱਚੇ ਆ ਜਿਹੜੇ ਐਥਲੈਟਿਕ ਵਾਲੇ, ਉਹਨਾਂ ਨੂੰ ਮੈਂ ਪ੍ਰੈਕਟਿਸ ਕਰਵਾਉਣਾ ਆ। ਮੈਂ ਸਰ ਕੋਲ ਜਾਣਾ ਉਦੋਂ ਸਟਾਰਟ ਕੀਤਾ ਸੀ, ਮੈਨੂੰ ਵਧੀਆ ਲੱਗਾ ਇਹਨਾਂ ਦੀ ਕੋਚਿੰਗ, ਅਤੇ ਇਹਨਾਂ ਫਿਰ ਮੈਨੂੰ ਨੈਸ਼ਨਲ ਵੀ ਕਢਾਈ ਸੀ, ਅਤੇ ਫਿਰ ਮੈਂ ਨੈਸ਼ਨਲ 'ਚੋਂ 3 ਗੋਲਡ ਵੀ ਲਿਆਂਦੇ ਸੀ, ਅਤੇ ਮੈਨੂੰ ਵਧੀਆ ਲੱਗਾ ਇਹਨਾਂ ਕੋਲ ਜਾਣਾ ਸਰ, ਮੈਨੂੰ ਬਹੁਤ ਤਰੱਕੀਆਂ ਸਿਖਾਉਂਦੇ। ਮੈਂ 3rd ਕਲਾਸ 'ਚ ਹੁੰਦੀ ਸੀ ਕਦੋਂ ਮੈਂ ਪਹਿਲੀ ਵਾਰ ਸਟੇਟ ਲਾਉਣ ਗਈ ਸੀ, ਸਟੇਟ 'ਚੋਂ ਮੇਰੀ 2nd ਪੁਜੀਸ਼ਨ ਪਈ ਸੀ। ਪਾਪਾ ਦੀ ਡੈਥ ਹੋ ਗਈ, ਉਹਦੇ ਕਰਕੇ ਮੇਰੇ ਕੋਲ ਸਟੱਡੀ ਨਹੀਂ ਹੋਈ। 10 ਸਾਲ ਹੋ ਗਏ ਮੈਨੂੰ ਗੇਮ ਕਰਦੀ ਨੂੰ। ਘਰ ਦੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਹੁੰਦੀ, ਬ੍ਰਦਰ ਕਮਾਉਂਦੇ ਚਲੇ ਜਾਂਦੇ, ਅਤੇ ਸਾਰਾ ਕੰਮ ਮੈਨੂੰ ਪੈਂਦਾ। ਕਈ ਵਾਰ ਮੇਰਾ 5000 ਇਵੈਂਟ ਹੈ, 1500 ਵੀ ਇਵੈਂਟ, 800 ਵੀ ਲਾਉਂਦੀ ਰਹੀ, ਅਤੇ ਮੈਂ 10 ਕਿਲੋਮੀਟਰ ਵੀ ਲਾਉਂਦੀ ਰਹੀ। ਮੈਂ ਆਪਣੇ ਰੋਡ 'ਤੇ ਇੱਥੇ ਕਵਾਲੀ ਪਿੰਡ ਕੀਤਾ ਸੀ, ਫਸਟ ਆਈ ਸੀ ਉਦੋਂ ਮੈਂ 10 ਕਿਲੋਮੀਟਰ। ਵਿਆਹ ਕਰਾਉਣ ਦਾ ਬਿਲਕੁਲ ਸ਼ੌਂਕ ਨਹੀਂ, ਬਸ ਇਹੋ ਆਪਣੇ ਪੈਰ ਸਟੈਂਡ ਹੋਵਾਂ ਮੈਂ। ਪਾਪਾ ਦਾ ਸ਼ੌਂਕ ਹੀ ਮੈਂ ਕੁਛ ਬਣਾ, ਪੰਜਾਬ ਪੁਲਿਸ 'ਚ DSP ਬਣਾ, ਉਹਨਾਂ ਦਾ ਇਹ ਸ਼ੌਂਕ ਇਹ। ਮੈਂ ਖੁਦ ਵੀ ਪ੍ਰੈਕਟਿਸ ਕਰਦਾ, ਫਿਰ ਮੈਂ ਬੱਚਿਆਂ ਨੂੰ ਨਾਲ ਜੋੜਦਾ ਰਿਹਾ। ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਦੇ ਬੱਚੇ ਮੈਂ ਲਿਆ ਕੇ ਖਿਡਾਉਂਦਾ ਰਿਹਾ। ਕੁਝ ਬੱਚੇ ਅਸੀਂ ਬਾਹਰੋਂ ਵੀ ਲਿਆ ਕੇ ਖਿਡਾਏ, ਜਿੱਦਾਂ ਪਿੰਡਾਂ 'ਚੋਂ ਜਿਹੜੇ ਛੱਡ ਚੁੱਕੇ ਸੀ ਪੜ੍ਹਾਈ, ਉਹਨਾਂ ਨੂੰ ਚੁੱਕ ਕੇ ਲਿਆ ਕੇ ਅਤੇ ਖਿਡਾਉਣਾ ਸ਼ੁਰੂ ਕੀਤਾ, ਨਾਲ ਉਹਨਾਂ ਨੂੰ ਸਕੂਲ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਉਹ ਬੱਚੇ ਅੱਜ ਚੰਗੀਆਂ ਪੋਸਟਾਂ 'ਤੇ ਨੇ, ਕੁਛ ਜੋਬ ਕਰ ਰਹੇ ਨੇ, ਆਰਮੀ 'ਚ ਸਿਲੈਕਸ਼ਨ ਹੈ, ਕੋਈ ਪ੍ਰੋ ਕਬੱਡੀ ਖੇਡ ਰਹੇ ਆ, 4-5 ਬੱਚੇ ਕਾਫੀ ਚੰਗੇ ਕਾਮਯਾਬ ਬੱਚੇ ਨੇ। ਨਾ ਤਾਂ ਸਾਨੂੰ ਕਦੀ ਕਿਸੇ ਨੇ ਆ ਕੇ ਗਰਾਊਂਡ 'ਚ ਪੁੱਛਿਆ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਆ, ਨਾ ਸਪੋਰਟ ਮਿਲੀ ਆ, ਨਾ ਅਸੀਂ ਕਿਸੇ ਨੂੰ ਜਾ ਕੇ ਕਿਹਾ ਕਿ ਸਾਨੂੰ ਆ ਕੇ ਕੋਈ ਸਪੋਰਟ ਕਰੇ। ਅਸੀਂ ਕਿਸੇ ਨੂੰ ਕਿਹਾ ਨਹੀਂ, ਜਾਂ ਕਿਸੇ ਪੰਚਾਇਤ ਨੂੰ ਜਾਂ ਲੀਡਰ ਨੂੰ ਅਸੀਂ ਕਿਸੇ ਨੂੰ ਜਾ ਕੇ ਇਹ ਗੱਲ ਨਹੀਂ, ਕਿਸੇ ਅੱਗੇ ਮੰਗ ਨਹੀਂ ਰੱਖੀ ਕਿ ਸਾਨੂੰ ਕੋਈ ਦਿਓ। ਕਿਉਂ ਜੇ 1-2 ਵਾਰੀ ਕੋਈ ਇੱਥੇ ਆਏ ਨੇ ਗਰਾਊਂਡ 'ਚ, ਉਹਨਾਂ ਨੇ ਨੂੰ ਦੱਸਿਆ ਵੀ ਸਾਡੇ ਉਹ ਗਰਾਊਂਡ ਦੇ ਵਿੱਚ ਦਿੱਕਤਾਂ ਨੇ, ਉਹ ਸਾਰੇ ਕਹਿ ਕੇ ਚਲੇ ਜਾਂਦੇ ਆ ਕਿ ਅਸੀਂ ਹਾਂ ਆਵਾਂਗੇ ਤੁਹਾਡੇ ਗਰਾਊਂਡ ਨੂੰ ਠੀਕ ਕਰ ਦਾਂਗੇ, ਲੇਕਿਨ ਕੋਈ ਬਾਅਦ 'ਚ ਆਇਆ ਨਹੀਂ। ਇਹ ਲੜਕੀਆਂ ਜਿਹੜੀਆਂ ਬੱਚੀਆਂ ਜੋ ਪੜ੍ਹਦੀਆਂ ਸਕੂਲਾਂ 'ਚ, ਇਹਨਾਂ ਨੂੰ ਵਰਦੀ ਦਾ ਬੜਾ ਸ਼ੌਂਕ ਸੀ। ਇਹਨਾਂ ਨੂੰ ਸ਼ੌਂਕ ਆ ਕਿ ਅਸੀਂ ਵੀ ਵਰਦੀ ਪਾ ਕੇ ਸੋਲਜਰ ਬਣੀਏ, ਜਾਂ ਸਾਡੇ ਵੀ ਤਨ 'ਤੇ ਪੁਲਿਸ ਦੀ ਵਰਦੀ ਹੋਏ, ਕੋਈ ਅਸੀਂ ਬਣ ਜਾਈਏ। ਇਹਨਾਂ ਨੇ ਕੁਝ ਬੱਚਿਆਂ ਨੇ ਭਰਤੀਆਂ ਦੇ ਫਾਰਮ ਭਰੇ ਸੀ। ਜਦੋਂ ਪਤਾ ਭਰਤੀ ਦਾ ਫਾਰਮ ਭਰ ਲੈਂਦਾ, ਫਿਰ ਇਹਨੂੰ ਇਹ ਪਤਾ ਲੱਗ ਜਾਂਦਾ ਕਿ ਮੈਨੂੰ ਫਿਜ਼ੀਕਲ ਟੈਸਟ ਦੇਣਾ ਪੈਣਾ। ਫਿਜ਼ੀਕਲ ਟੈਸਟ ਦੀ ਟ੍ਰੇਨ ਕਰਨ ਵਾਸਤੇ ਇੱਥੇ ਗਰਾਊਂਡ ਵਿੱਚ ਆਉਂਦੀਆਂ ਨੇ। ਆਉਣ ਤੋਂ ਬਾਅਦ 'ਚ ਫਿਰ ਕਈ ਬੱਚੀਆਂ ਜਿਹੜੀਆਂ ਉਹ ਫਿਰ ਸਪੋਰਟਸ ਨੂੰ ਹੀ ਚੁਣ ਲੈਂਦੀਆਂ ਕਿ ਅਸੀਂ ਸਪੋਰਟਸ ਸਰ ਕਰਾਂਗੀਆਂ ਜੇ ਭਰਤੀ ਹੋ ਜਾਂਗੀਆਂ, ਵੇਖੀ ਜੋ, ਨਹੀਂ ਤਾਂ ਅਸੀਂ ਸਪੋਰਟਸ ਜ਼ਰੂਰ ਕਰਾਂਗੇ। ਹੁਣ ਉਹ ਫਿਰ ਮੇਰੇ ਕੋਲ ਰਹਿ ਜਾਂਦੀਆਂ। ਕਈਆਂ ਪਿੰਡਾਂ 'ਚੋਂ ਇਕੱਲੀ ਇਕੱਲੀ ਬੱਚੀ ਆਉਂਦੀ ਆ, ਕੋਈ ਉਹਦੀ ਸਪੋਰਟ ਨਹੀਂ, ਉਹਨੂੰ ਆਉਣ ਜਾਣ 'ਚ ਵੀ ਮੁਸ਼ਕਿਲ ਆਉਂਦੀ ਆ, ਰਸਤੇ ਬਹੁਤ ਡੇਂਜਰਸ ਨੇ ਆਉਣ ਵਾਸਤੇ। ਪਰ ਲੇਕਿਨ ਬੱਚੇ ਦੇ ਵਿੱਚ ਜਦੋਂ ਜਜ਼ਬਾ ਆ ਕਿ ਉਹਨੇ ਮੈਂ ਆਉਣਾ, ਉਹ ਕਈ ਤੁਰ ਕੇ ਵੀ ਆਉਂਦੇ, 4-4, 5-5 ਕਿਲੋਮੀਟਰ ਤੁਰ ਕੇ ਵੀ ਬੱਚੀਆਂ ਆਉਂਦੀਆਂ ਨੇ ਮੇਰੇ ਕੋਲ, ਕੋਈ ਮੋਟਰਸਾਈਕਲ 'ਤੇ ਸਾਈਕਲ 'ਤੇ ਵੀ ਆਉਂਦੀਆਂ, ਆ ਕੇ ਫਿਰ ਪ੍ਰੈਕਟਿਸ ਕਰਦੀਆਂ ਨੇ। ਮੋਰਨਿੰਗ ਵੀ ਈਵਨਿੰਗ ਵੀ ਅਸੀਂ ਦੋਨੋਂ ਟਾਈਮ ਪ੍ਰੈਕਟਿਸ ਕਰਦੇ ਹਾਂ। ਮੈਂ 4th ਕਲਾਸ ਤੋਂ ਸ਼ੁਰੂ ਕੀਤਾ, ਪਿੰਡ ਗਰਾਊਂਡ ਸੀ ਉੱਥੇ ਜਾਂਦੀ ਰਹੀ। ਸਰ ਤਾਂ ਸਕੂਲ ਡਿਸਟ੍ਰਿਕਟ ਹੁੰਦੀ ਆ, ਫਿਰ ਸਰ ਉੱਥੇ ਗਈ ਸਾਂ, ਅਤੇ ਉੱਥੇ ਸਰ ਜਦੋਂ ਮੈਂ ਰੇ 1st ਪੁਜੀਸ਼ਨ ਆਈ ਤਾਂ ਫਿਰ ਸਰ ਨੇ ਮੇਰੇ ਨਾਲ ਗੱਲਬਾਤ ਕੀਤੀ, ਅਤੇ ਫਿਰ ਉਹਨਾਂ ਕੋਲ ਜਾਣਾ ਸ਼ੁਰੂ ਕੀਤਾ। ਅਤੇ ਸੁਪਨਾ ਕੀ ਹੈ? ਏਸ਼ੀਅਡ ਦਾ ਮੈਡਲ ਅਤੇ ਆਰਮੀ 'ਚੋਂ। ਇੱਕ ਵਾਰੀ ਪਿੰਡ 'ਚੋਂ ਪਿੰਡ ਦਿਆਂ ਨੇ ਸਰਪੰਚ ਮੈਂਬਰ ਸਰਪੰਚ ਨੇ ਬਾਬਾ ਜਗਸ਼ੀਦ ਵਾਲਿਆਂ ਨੇ ਸਨਮਾਨਿਤ ਕੀਤਾ ਸੀ, ਸਕੂਲ ਟੀਚਰ ਨੇ ਵੀ ਸਨਮਾਨਿਤ ਕੀਤਾ ਸੀ। ਡਾਇਟ ਬਸ ਰੋਟੀ ਅਤੇ ਦੁੱਧ ਦਹੀਂ ਬਸ। ਪ੍ਰੋਟੀਨ ਕਿਵੇਂ ਚੱਲਦਾ ਸਭ ਤੁਹਾਡਾ? ਪ੍ਰੋਟੀਨ ਕੋਈ ਨਹੀਂ। ਅਤੇ ਵੈਸੇ ਜਿਵੇਂ ਤੁਹਾਡੇ ਡਾਇਟ ਵਗੈਰਾ ਨੂੰ ਲੈ ਕੇ ਜਾਂ ਸ਼ੂਜ਼ ਕਿਹੜੇ ਹੋਣਗੇ ਉਹ ਸਭ ਨੂੰ ਲੈ ਕੇ ਕਦੇ ਕੋਈ ਹੈਲਪ ਮਿਲੀ? ਨਹੀਂ। ਕੁਝ ਬੱਚਿਆਂ ਦੇ ਪੇਰੈਂਟਸ ਜਿੱਦਾਂ ਦਿਹਾੜੀ ਦੱਪਾ ਕਰਦੇ, ਫਿਰ ਇਹਨਾਂ ਨੂੰ ਮੈਂ ਦੱਸਦਾ ਰਹਿੰਦਾ ਕਿ ਤੁਸੀਂ ਜਿੱਦਾਂ ਛੋਲੇ ਖਾਓ, ਛੋਲਿਆਂ ਦੇ ਵਿੱਚ ਆਇਰਨ ਬਹੁਤ ਆ, ਉਹਦੇ ਨਾਲ ਸਟੈਮਿਨਾ ਮਿਲਦਾ ਸਾਨੂੰ, ਜਾਂ ਸੋਇਆਬੀਨ ਖਾ ਲਓ, ਜਿਹੜੀ ਸਸਤੀ ਡਾਇਟ ਆ ਉਹ ਖਾ ਸਕਦੇ ਆ।
ਹੋਰ ਜੇ ਕਹੀਏ ਕਿ ਸਾਡੇ ਬੱਚੇ ਬਦਾਮ ਖਾ ਕੇ ਭੱਜਣ, ਉਹ ਗੱਲ ਨਹੀਂ ਗੀ। ਇੰਨੇ ਸੋਰਸ ਨਹੀਂ ਗੇ ਘਰਾਂ ਦੇ ਵਿੱਚ ਹੈਗੇ ਕਿ ਇਹਨਾਂ ਨੂੰ ਕੋਈ ਚੰਗੀ ਡਾਈਟ ਮਿਲ ਸਕੇ। ਜਿੰਨੀ ਕਿ ਡਾਈਟ, ਮੈਂ ਤੇ ਬੱਚਿਆਂ ਨੂੰ ਇੱਕੋ ਗੱਲ ਕਹਿੰਦਾ ਬਾਰ ਬਾਰ ਕਿ ਪੁੱਤ ਗਿਰੀਆਂ ਖਾ ਕੇ ਨਾ ਅਕਲ ਆਉਂਦੀ ਆ, ਨਾ ਗਿਰੀਆਂ ਖਾ ਕੇ ਤਾਕਤ ਆਉਂਦੀ ਆ। ਇੱਕ ਸੀਨੇ ਦੇ ਵਿੱਚ ਜਜ਼ਬਾ ਚਾਹੀਦਾ, ਇੱਕ ਅੱਗ ਚਾਹੀਦੀ ਆ ਕਿ ਮੈਂ ਕੁਝ ਕਰ ਦੇਣਾ। ਤੇ ਜੋ ਵੀ ਡਾਈਟ ਮਿਲਦੀ ਆ, ਸੁੱਕੀ ਮਿੱਸੀ ਖਾ ਕੇ ਪ੍ਰੈਕਟਿਸ ਕਰੋ, ਦੋਨੋਂ ਟਾਈਮ ਪ੍ਰੈਕਟਿਸ ਜ਼ਰੂਰੀ ਕਰਿਆ ਕਰੋ। ਜਦੋਂ ਬੱਚੇ ਪ੍ਰੈਕਟਿਸ ਕਰਦੇ ਨੇ, ਪ੍ਰੈਕਟਿਸ ਦੇ ਬਲ ਤੇ ਹੀ ਅੱਜ ਮੇਰੇ ਬੱਚੇ ਜਿਹੜੇ ਉਹ ਇੱਥੋਂ ਤੱਕ ਪਹੁੰਚੇ। ਸਕੂਲ ਵਾਲੇ ਹੈਲਪ ਤੇ ਕੀ ਕਰਨੀ ਆ, ਸਕੂਲ ਵਾਲੇ ਸਾਨੂੰ ਆ ਕੇ ਕਹਿੰਦੇ ਆ ਕਿ ਸਾਰਾ ਘਾਹ ਹੋ ਗਿਆ, ਘਾਹ ਹੀ ਵਢਾ ਲਓ। ਉਹ ਆਪ ਵਢਾਉਣ ਦੀ ਬਜਾਏ ਸਾਨੂੰ ਆ ਕੇ ਕਹਿੰਦੇ ਵੀ ਘਾਹ ਵਢਾ ਲਓ। ਜਾਂ ਜਿੱਦਾਂ ਜੰਪ ਪਿੱਟ ਬਣਾਈ ਆ, ਉਹ ਕੁਝ ਖੁਦਾਈ ਕੀਤੀ ਆ ਵਿੱਚ ਮਿੱਟੀ ਰੇਤ ਪਾਉਣ ਵਾਲੀ ਆ, ਰੇਤ ਪਾਉਣ ਲਈ ਸਾਡੇ ਕੋਲ ਸੋਰਸ ਹੈ ਨਹੀਂ ਗਾ। ਕਈ ਵਾਰੀ ਸਕੂਲ ਵਾਲਿਆਂ ਨੂੰ ਕਿਹਾ ਕਿ ਇਹ 'ਚ ਰੇਤ ਪਵਾ ਦਿਓ। ਸਾਡੇ ਲਾਗੇ ਹੋਰ ਆਸ ਪਾਸ ਪਿੰਡਾਂ 'ਚ ਕੋਈ ਗਰਾਊਂਡ ਹੈ ਨਹੀਂ ਗੀ, ਇਹੀ ਮੇਨ ਗਰਾਊਂਡ ਆ। ਜਾਂ ਰਾਜਾ ਸਾਂਸੀ ਹੈਗੀ ਆ, ਰਾਜਾ ਸਾਂਸੀ ਵੀ ਕੋਈ ਐਡੀ ਵਧੀਆ ਗਰਾਊਂਡ ਨਹੀਂ ਕਿ, ਉਹ ਵੀ ਫੁੱਟਬਾਲ ਦੀ ਗਰਾਊਂਡ ਆ, ਉਹਦੇ ਵਿੱਚ ਹੀ ਬੱਚੇ ਕੁਝ ਖੇਡਦੇ ਰਹਿੰਦੇ ਆ। ਕਈ ਵਾਰੀ ਇੱਦਾਂ ਹੁੰਦਾ ਕਿ ਜਦੋਂ ਅਸੀਂ ਬੱਚਿਆਂ ਨੂੰ ਲੈ ਕੇ ਜਾਣਾ ਹੁੰਦਾ ਆ, ਸਾਨੂੰ ਬਹੁਤ ਹਰਾਸਮੈਂਟ ਮਿਲਦੀ ਆ। ਪਹਿਲੀ ਗੱਲ ਤਾਂ ਜਦੋਂ ਕੋਈ ਸਰਕਾਰੀ ਟ੍ਰਾਇਲ ਆਉਂਦੇ ਨੇ ਗੌਰਮੈਂਟ ਵੱਲੋਂ, ਉਹ ਸਾਨੂੰ ਪਤਾ ਨਹੀਂ ਲੱਗਦਾ। ਜੇ ਸਾਨੂੰ ਕਿਤੇ ਪਤਾ ਲੱਗਦਾ, ਅਸੀਂ ਲੈ ਕੇ ਜਾਂਦੇ ਹਾਂ, ਤੇ ਉਹ ਉਹਨਾਂ ਗਰਾਊਂਡਾਂ 'ਚ ਰੱਖੇ ਜਾਂਦੇ ਜਾਂ ਉਹਨਾਂ ਕਾਲਜਾਂ 'ਚ ਰੱਖੇ ਜਾਂਦੇ ਜਿਹੜੇ ਕਾਲਜਾਂ ਦਾ DPPT ਆ, ਜਿਹੜੇ ਉਹ ਸਾਡੇ ਬੱਚਿਆਂ ਨੂੰ ਅੰਦਰ ਇੰਟਰ ਵੀ ਨਹੀਂ ਹੋਣ ਦਿੰਦੇ। ਜੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜਾਂ DSO ਸਾਹਿਬ ਨੂੰ ਜਾਂ ਕਿਸੇ ਨੂੰ ਕਹਿ ਕੇ ਇੰਟਰ ਹੁੰਦੇ ਹਾਂ ਉੱਥੇ ਜਾ ਕੇ, ਤੇ ਉਹਦੇ ਵਿੱਚ ਸਾਡੇ ਬੱਚਿਆਂ ਨੂੰ ਮਤਲਬ ਦੋ ਨੰਬਰ ਤੇ ਰੱਖਿਆ ਜਾਂਦਾ ਆ। ਜੇ ਬੱਚਾ ਸਾਡਾ ਫਸਟ ਆ ਗਿਆ ਤੇ ਫਿਰ ਕਹਿਣਾ ਕਿ ਇਹਦੀ ਟਾਈਮਿੰਗ ਠੀਕ ਨਹੀਂ ਆਈ, ਇਹ ਟ੍ਰਾਇਲ ਇਹ ਅੱਗੇ ਨਹੀਂ ਜਾ ਸਕਦਾ। ਜੇ ਬੱਚਾ ਸਾਡਾ ਸੈਕਿੰਡ ਆਉਂਦਾ, ਫਿਰ ਉਹ ਕਹਿ ਦਿੰਦੇ ਕਿ ਫਸਟ ਵਾਲਾ ਜਾਊਗਾ, ਸੈਕਿੰਡ ਵਾਲਾ ਨਹੀਂ ਜਾਊਗਾ। ਮੈਂ ਫਿਰ ਬੱਚਿਆਂ ਨੂੰ ਖਿਡਾ ਕੇ, ਜਿਹੜੀਆਂ ਫੈਡਰੇਸ਼ਨ ਗੇਮਾਂ ਖਿਡਾਉਂਦੀਆਂ ਨੇ, ਜਿੱਦਾਂ ਐਥਲੈਟਿਕ ਫੈਡਰੇਸ਼ਨ ਆ, ਕਬੱਡੀ ਫੈਡਰੇਸ਼ਨ ਆ, ਜਦੋਂ ਉਹ ਗੇਮਾਂ ਖਿਡਾਉਂਦੇ, ਫਿਰ ਮੈਂ ਉਹਨਾਂ ਦੇ ਟੂਰਨਾਮੈਂਟ ਜਿਹੜੇ ਉਹ ਖਿਡਾਉਣਾ ਬੱਚਿਆਂ ਨੂੰ ਜਾ ਕੇ, ਜਿੱਦਾਂ ਡੇਹਰਾਦੂਨ ਆ ਜਾਂ ਰੁੜਕੀ, ਉੱਥੇ ਜਾ ਕੇ ਬੱਚਿਆਂ ਨੂੰ ਮੈਂ ਆਪਣੇ ਕੰਪੀਟੀਸ਼ਨ ਲਾਉਣਾ। ਹਿਮਾਚਲ ਦੇ ਵਿੱਚ ਜਾ ਕੇ ਜਿੱਦਾਂ ਹੁਣ ਮੈਰਾਥਨ ਆਉਣੀਆਂ ਨੇ, ਮੈਰਾਥਨ ਆ ਰਹੀਆਂ 5 ਕਿਲੋਮੀਟਰ 10 ਕਿਲੋਮੀਟਰ ਮੈਰਾਥਨ ਦੇ ਵਿੱਚ ਓਪਨ ਹੁੰਦੀਆਂ, ਉਹਦੇ ਵਿੱਚ ਜਾ ਕੇ ਬੱਚੇ ਮੈਂ ਆਪਣੇ ਖਿਡਾ ਲੈਣਾ। ਕੁਝ ਬੱਚੇ ਜਿਹੜੇ ਕਲੈਕਸ਼ਨ ਕਰ ਲੈਂਦੇ ਆ ਥੋੜ੍ਹੇ ਥੋੜ੍ਹੇ ਕਰਕੇ, ਜਿੱਦਾਂ 100-100, 50-50 ਜਿੰਨੇ ਹੁੰਦੇ ਕੁਝ ਕਲੈਕਸ਼ਨ ਕਰ ਲੈਂਦੇ ਆ। ਕੁਝ ਜਿੱਦਾਂ ਫਿਰ ਮੈਂ ਕਲੀਨਿਕ ਚਲਾਉਂਦਾ, ਮੇਰੇ ਜ਼ਿਆਦਾ ਨੀਡਸ ਨਹੀਂ ਹੈਗੀਆਂ, ਮੈਂ ਆਪਣੇ ਪੱਲਿਓਂ ਫਿਰ ਜਿੰਨੇ ਕਿ ਇਹਨਾਂ ਦੇ ਉੱਤੇ ਲਾ ਸਕਦਾ ਕੁਝ ਮੈਂ ਲਾ ਦਿੰਦਾ, ਪਾ ਕੇ ਫਿਰ ਅਸੀਂ ਜਾ ਕੇ ਤੇ ਖੇਡ ਆਉਂਦੇ ਹਾਂ। ਮੇਰਾ 100 ਮੀਟਰ ਸੀ, 200 ਮੀਟਰ ਹੀ, ਹਾਈ ਜੰਪ ਵੀ ਹੈਗਾ ਸੀ ਅਤੇ ਫੁੱਟਬਾਲ ਵੀ ਆ। ਬਸ ਵਰਲਡ ਰਿਕਾਰਡ ਹੋਵੇ ਕੋਈ, ਡਾਇਟ ਸਿਰਫ ਐਵੇਂ ਹੀ ਜਿਵੇਂ ਘਰ ਵਿੱਚ ਹੋਵੇ, ਸਿਰਫ ਦਹੀਂ ਹੋ ਗਿਆ, ਮੱਖਣ ਵਗੈਰਾ ਹੋ ਗਿਆ, ਰੋਟੀ ਹੋ ਗਈ, ਬਸ ਇਹੋ ਹੀ। ਜਿਵੇਂ ਸਰ ਨੇ ਦੱਸਿਆ ਕਿ ਚਣੇ ਖਾ ਲਓ ਕਿਉਂਕਿ ਉਹਨਾਂ ਦਾ ਪਾਣੀ ਪੀ ਲਿਆ, ਐਵੇਂ ਕਰਕੇ ਪਹਿਲਾਂ ਤਾਂ ਬੜਾ ਲੱਗਿਆ ਸੀ ਪਰ ਹੁਣ ਨਹੀਂ ਲੱਗਦਾ। ਉਦੋਂ ਤਾਂ ਘਰ ਵਾਲਿਆਂ ਨੇ ਵੀ ਨਹੀਂ ਸਪੋਰਟ ਕੀਤੀ ਸੀ, ਬਸ ਦਾਦੂ ਨੇ ਕੀਤੀ ਸੀ, ਪਾਪਾ ਨੇ ਕੀਤੀ ਸੀ ਜਾਂ ਮੇਰੇ ਚਾਚੀ ਉਹਨਾਂ ਨੇ ਕੀਤੀ ਸੀ। ਜਦੋਂ ਮੈਂ ਘਰ ਗਈ ਸੀ ਉਦੋਂ ਵੀ ਮੈਨੂੰ ਝਿੜਕਾਂ ਵੀ ਪਈਆਂ ਸੀ, ਤੂੰ ਕਿਉਂ ਚੱਲੀ, ਤੂੰ ਕੁੜੀ ਆ, ਕੁੜੀਆਂ ਬਾਹਰ ਨਹੀਂ ਜਾਂਦੀਆਂ, ਇੱਦਾਂ ਕਰਕੇ ਬੜੀਆਂ ਗੱਲਾਂ ਕੀਤੀਆਂ ਸੀ। ਜਦੋਂ ਮੈਂ ਪਿੰਡ 'ਚ ਜਾਂਦੀ ਹਾਂ ਤਾਂ ਵੀ ਲੋਕ ਕਹਿੰਦੇ ਨੇ ਕਿੱਥੇ ਜਾਂਦੀ ਆ, ਪਰ ਹੁਣ ਮੈਂ ਰੂਟੀਨ 'ਚ ਜਾਣ ਲੱਗੀ, ਮੈਨੂੰ ਕਿਸੇ ਦਾ ਡਰ ਨਹੀਂ ਕਿ ਮੈਂ ਆਪਣੇ ਵਾਸਤੇ ਜਾਣੀ, ਕਿਸੇ ਵਾਸਤੇ ਥੋੜ੍ਹਾ ਜਾਣੀ। ਮੈਂ ਆਪਣੇ ਇਲਾਕੇ ਦੇ ਵਿੱਚੋਂ ਬੱਚਿਆਂ ਨੂੰ ਅਮਲੀ ਨਹੀਂ ਬਣਨਾ ਦੇਣਾ ਚਾਹੁੰਦਾ। ਮੈਂ ਚਾਹੁੰਦਾ ਵੀ ਜਿੰਨੇ ਬੱਚੇ ਮੈਂ ਮੋਬਾਈਲ ਤੋਂ ਜਾਂ ਨਸ਼ੇ ਤੋਂ ਬਚਾ ਸਕਾਂ, ਬਚਾ ਕੇ ਮੈਂ ਗਰਾਊਂਡ ਨਾਲ ਜੋੜ ਲਾਂ। ਜੇ ਗਰਾਊਂਡ ਨਾਲ ਜੁੜ ਜਾਣਗੇ ਬੱਚੇ, ਕੋਈ ਅੱਗੇ ਜਾ ਕੇ ਕੋਈ ਮੁਕਾਮ ਹਾਸਲ ਕਰਨਗੇ, ਨਹੀਂ ਤੇ ਪਿੰਡਾਂ ਦੇ ਵਿੱਚ ਗਲੀਆਂ ਢਾਣੀਆਂ ਦੇ ਵਿੱਚ ਹੀ ਬੈਠਣਗੇ। ਜਾਂ ਪ੍ਰਸ਼ਾਸਨ ਦਾ ਕੋਈ ਬੰਦਾ ਗਰਾਊਂਡ 'ਚ ਆ ਕੇ ਕਦੀ ਸਾਡੇ ਬੱਚਿਆਂ ਦੇ ਸਿਰ 'ਤੇ ਹੱਥ ਵੀ ਨਹੀਂ ਰੱਖਿਆ ਕਿਸੇ, ਵੀ ਸ਼ਾਬਾਸ਼, ਤੁਸੀਂ ਕਿਤੋਂ ਖੇਡ ਕੇ ਆਏ ਹੋ, ਮੈਡਲ ਲੈ ਕੇ ਆਏ ਹੋ, ਨੈਸ਼ਨਲ ਲੈਵਲ ਦਾ ਮੈਡਲ ਆ ਜਾਂ ਕਿ। ਉਲਟਾ ਹਰਾਸਮੈਂਟ ਜ਼ਰੂਰ ਦਿੰਦੇ ਬੱਚਿਆਂ ਨੂੰ ਕਈ ਵਾਰੀ ਆ ਕੇ। ਕੋਈ ਬੱਚੇ ਇਹੋ ਜਿਹੇ ਵੀ ਇਨਸਾਨ ਆਉਂਦੇ ਆ ਜੋ ਆ ਕੇ ਕਹਿੰਦੇ ਇਹ ਇਨਸਾਨ ਤਾਂ ਪਾਗਲ ਹੈ, ਇਹਨੇ ਤੁਹਾਨੂੰ ਪੰਜਾਬ ਜਾ ਕੇ ਮਾਰ ਹੀ ਦੇਣਾ, ਤੋ ਤੁਸੀਂ ਕੀ ਕਰੋਗੇ, ਇੰਨਾ ਦੌੜ ਦੌੜ ਕੇ ਕੀ ਕਰ ਲਓਗੇ।